G20 ਵਰਲਡ ਕੱਪ ਵਿੱਚ ਭਾਰਤ ਦੇ ਨੀਦਰਲੈਂਡਸ ਨਾਲ ਖੇਡੇ ਗਏ ਮੁਕਾਬਲੇ ਵਿੱਚ ਇਸ ਵਾਰ ਇੱਕ ਦਿਲਚਸਪ ਚੀਜ਼ ਹੈ ਤੇ ਉਹ ਹੈ ਨੀਦਰਲੈਂਡਸ ਦੀ ਟੀਮ ਵਿੱਚ ਇੱਕ ਪੰਜਾਬੀ ਖਿਡਾਰੀ ਦਾ ਹੋਣਾ। ਨੀਦਰਲੈਂਡਸ ਦੀ ਟੀਮ ਵੱਲੋਂ ਤੇ ਭਾਰਤ ਦੇ ਖਿਲਾਫ ਖੇਡਣ ਵਾਲੇ ਵਿਕਰਮਜੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਚੀਮਾ ਖੁਰਦ ਦੇ ਰਹਿਣ ਵਾਲੇ ਹਨ। ਉਹਨਾਂ ਨੇ ਕ੍ਰਿਕਟ ਦੇ ਗੁਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਰਹਿ ਕੇ ਵੀ ਸਿੱਖੇ ਹਨ। ਵਿਕਰਮਜੀਤ ਸਿੰਘ ਦੀ ਨੀਦਰਲੈਂਡਸ ਦੀ ਟੀਮ ਵਿੱਚ ਚੋਣ ਕਿਵੇਂ ਹੋਈ ਅਤੇ ਉਹ ਇੱਥੋਂ ਤੱਕ ਕਿਵੇਂ ਪਹੁੰਚੇ, ਇਸ ਬਾਰੇ ਉਹਨਾਂ ਦੇ ਪਰਿਵਾਰ ਨੇ ਇਹ ਕੁਝ ਦੱਸਿਆ। ਮੇਰਾ ਵੱਡਾ ਮੁੰਡਾ ਗਿਆ 82 ਦੇ ਵਿੱਚ ਹਾਲੈਂਡ, ਵਿਕਰਮ ਗਿਆ 2008 ਸੀ, ਉੱਥੇ 5-7 ਸਾਲ ਪੜ੍ਹਿਆ। ਉਦੋਂ ਬਾਅਦ ਚੰਡੀਗੜ੍ਹ ਕ੍ਰਿਕਟ ਖੇਡਦਾ ਅਕੈਡਮੀਆਂ 'ਚ, ਅਤੇ ਹੁਣ ਇਸ ਟਾਈਮ ਹਾਲੈਂਡ ਦੀ ਟੀਮ 'ਚ ਫੇਰਾ 'ਚ ਖੇਡਦਾ। ਹਰਪ੍ਰੀਤ ਸਿੰਘ ਮੇਰਾ ਲੜਕਾ ਵੱਡਾ, ਉਹਨੂੰ ਸ਼ੌਂਕ ਸੀ ਕ੍ਰਿਕਟ ਦਾ, ਅਤੇ 8 ਸਾਲ ਦਾ ਵਿਕਰਮ ਸੀ ਜਦ ਗਿਆ ਹਾਲੈਂਡ, ਇਹਨੂੰ ਫਿਰ ਜਾਂਦਾ ਰਿਹਾ ਨਾਲ, ਇਹਨੂੰ ਸ਼ੌਂਕ ਪੈ ਗਿਆ ਵਿਕਰਮ ਨੂੰ, ਅਤੇ ਚੰਡੀਗੜ੍ਹ ਖੇਡਦਾ ਰਿਹਾ ਜਾ ਕੇ। ਫਿਰ ਉੱਥੇ ਅਕੈਡਮੀ 'ਚ ਫੇਰਾ ਗਰੁੱਪ ਫੇਰਾ ਅਕੈਡਮੀ 'ਚ ਖੇਡਦਾ ਰਿਹਾ, ਕੈਪਟਨ ਰਿਹਾ 18 ਸਾਲ ਦੀ ਟੀਮ ਦਾ, ਓਪਨਿੰਗ 'ਤੇ ਉਦੋਂ ਵੀ ਜਾਂਦਾ ਸੀ ਅਤੇ ਵੱਡੀ ਟੀਮ 'ਚ ਵੀ ਓਪਨਿੰਗ 'ਤੇ ਖੇਡਦਾ ਰਿਹਾ। 19 ਸਾਲਾ ਵਿਕਰਮਜੀਤ ਸਿੰਘ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਉਹਨਾਂ ਨੇ ਹੁਣ ਤੱਕ 12 ਵਨਡੇ ਮੈਚ ਖੇਡੇ ਹਨ। ਕ੍ਰਿਕ ਇਨਫੋ ਦੀ ਵੈਬਸਾਈਟ ਉੱਪਰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹਨਾਂ ਮੈਚਾਂ ਵਿੱਚ ਹੁਣ ਤੱਕ ਉਹਨਾਂ ਨੇ ਕੁੱਲ 367 ਰਨ ਬਣਾਏ ਹਨ। ਇਸ ਤੋਂ ਇਲਾਵਾ ਉਹਨਾਂ ਦੇ ਖਾਤੇ 7 T20 ਮੈਚ ਵੀ ਦਰਜ ਹਨ। ਉਹਨਾਂ ਨੇ ਵਨਡੇ ਮੈਚਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਖਿਲਾਫ਼ ਮੈਚ ਖੇਡ ਕੇ ਕੀਤੀ ਸੀ। ਇਹ ਪਹਿਲਾ ਮੌਕਾ ਹੈ ਜਦੋਂ ਵਿਕਰਮਜੀਤ ਸਿੰਘ ਨੀਦਰਲੈਂਡਸ ਦੀ ਟੀਮ 'ਚ ਰਹਿੰਦੇ ਹੋਏ ਭਾਰਤ ਦੇ ਖਿਲਾਫ਼ ਖੇਡ ਰਹੇ ਹਨ। ਸਾਡਾ ਬਹੁਤ ਪਿਆਰ ਹੈ ਆਪਸ ਵਿੱਚ ਦਾਦੇ ਪੋਤੇ ਦਾ। ਮੈਂ ਉਹਨੂੰ ਛੇੜਦਾ ਵੀ ਰਹਿੰਦਾ ਵੀ ਤੂੰ ਮਾੜਾ ਖੇਡਦਾ, ਉਹ ਬਹੁਤ ਵਧੀਆ ਖੇਡਦਾ ਆਪਣੇ ਜਿੱਤੋਂ। ਹਾਂਜੀ, ਵਿਕਰਮ 3 ਮਹੀਨੇ ਸਾਲ 'ਚ ਇੰਡੀਆ ਆਉਂਦਾ ਆ, ਜਲੰਧਰ ਅਕੈਡਮੀ ਲਾਂਬੜੇ ਦੇ ਨੇੜੇ ਆ, ਉੱਥੇ ਖੇਡਦਾ ਆ। ਹਾਲੈਂਡ ਜਦ ਵਿਕਰਮ ਕ੍ਰਿਕਟ ਖੇਡਦਾ ਸੀ, ਜਦ ਇੰਡੀਆ ਆਉਂਦਾ ਸੀ ਅਤੇ ਚੰਡੀਗੜ੍ਹ ਇਹਨੂੰ ਅਕੈਡਮੀ 'ਚ ਦਾਖਲਾ ਲੈ ਦਿੱਤਾ, ਉੱਥੇ ਗੁਰਸਿੱਖਦਾ ਰਿਹਾ, ਅਤੇ ਉਦੋਂ ਬਾਅਦ ਫਿਰ 5 ਸਾਲ ਉੱਥੇ ਖੇਡਿਆ। ਹੁਣ ਜਿੱਦਾਂ ਜਲੰਧਰ ਅਕੈਡਮੀ ਹੈ ਇੱਕ ਲਾਂਬੜੇ ਦੇ ਨੇੜੇ, ਉੱਥੇ 3 ਮਹੀਨੇ ਲਾਉਂਦਾ ਹਰ ਸਾਲ ਦੇ ਵਿੱਚ। ਹਰ ਵੇਲੇ ਉਹਦੇ ਜਨੂੰਨ ਕ੍ਰਿਕਟ ਦੇ ਵਿੱਚ ਹੀ ਦਿਮਾਗ ਰਹਿੰਦਾ, ਬਸ ਜੇ ਉਹਨੂੰ ਕੋਈ ਕਹੋ ਕੰਮ, ਉਹਨੇ ਕਹਿਣਾ ਨਹੀਂ ਮੈਂ ਤਾਂ ਆਹ ਕਰਨਾ ਕ੍ਰਿਕਟ ਦਾ ਸਿੱਖਣ ਕਰਨਾ, ਕਦੇ ਗੋਲਾ ਸੈੱਟ ਅਤੇ ਕਦੇ ਬੱਲੇ 'ਤੇ, ਜਿੱਦਾਂ ਲੱਗਾ ਹੀ ਰਹਿੰਦਾ ਇਸ ਕੰਮ ਨੂੰ। ਕ੍ਰਿਕਟ ਨੂੰ ਲੈ ਕੇ ਜਨੂੰਨ ਉਹਦਾ ਅੱਛਾ ਸੀ, ਉਹਦਾ ਦਿਮਾਗ ਕ੍ਰਿਕਟ ਵੱਲ ਚੱਲਦਾ ਸੀ ਵੀ ਮੈਂ ਖੇਡਣਾ ਖੇਡ। ਬੱਚਿਆਂ ਤੋਂ ਸ਼ੁਰੂ ਹੋਇਆ, ਗਰੋ ਅਪ ਹੋਇਆ, ਤਾਂ ਹੁਣ ਦੇਖੋ 19 ਸਾਲ ਦੀ ਉਮਰ ਦੇ ਵਿੱਚ ਉਹ ਟੀਮ ਦੇ ਵਿੱਚ ਸਿਲੈਕਟ ਹੋ ਗਿਆ। ਭਾਰਤ ਖਿਲਾਫ਼ ਮੁਕਾਬਲਾ ਖੇਡਣ ਤੋਂ ਪਹਿਲਾਂ ਉਹਨਾਂ ਦੇ ਦਿਲ ਵਿੱਚ ਕੀ ਕੁਝ ਚੱਲ ਰਿਹਾ ਸੀ, ਇਸ ਬਾਰੇ ਵੀ ਉਹਨਾਂ ਦੇ ਪਰਿਵਾਰ ਨੇ ਦੱਸਿਆ। ਸਾਡੀ ਦੋਨਾਂ ਦੀ ਅਕਸਰ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਉਹਨੇ ਜਿੱਦਾਂ ਆਪਣੇ ਮੈਚ ਰਿਲੇਟਡ ਮੇਰੇ ਨਾਲ ਗੱਲਾਂ ਕਰ ਦਿੰਦਾ ਆ ਵੀ ਅੱਜ ਉਹ ਇਸ ਟੀਮ ਦੇ ਨਾਲ ਪਲੇ ਕੀਤਾ ਸੀਗਾ, ਉਹਨੇ ਮੈਚ 'ਤੇ ਅੱਜ ਇਸ ਟੀਮ ਦੇ ਨਾਲ ਪਲੇ ਕੀਤਾ ਸੀਗਾ। ਅਤੇ ਥੋੜ੍ਹੇ ਕੁ ਦਿਨ ਪਹਿਲਾਂ ਉਹਦਾ ਜਦੋਂ ਫੋਨ ਆਇਆ ਸੀ ਤਾਂ ਉਹਨੇ ਮੈਨੂੰ ਦੱਸਿਆ ਸੀ ਵੀ ਮੇਰੀ ਇੰਟਰਨੈਸ਼ਨਲ ਟੀਮ ਦੇ ਵਿੱਚ ਸਿਲੈਕਸ਼ਨ ਹੋ ਗਈ ਆ, ਅਤੇ ਇਸ ਲਈ ਉਹ ਬਹੁਤ ਜ਼ਿਆਦਾ ਖੁਸ਼ ਸੀਗਾ, ਅਤੇ ਉਹ ਥੋੜ੍ਹਾ ਜਿਹਾ ਇਮੋਸ਼ਨਲ ਵੀ ਸੀਗਾ ਵੀ ਮੇਰੀ ਇੰਨੀ ਮਿਹਨਤ ਸਟਰਗਲ ਦੇ ਕਰਕੇ ਵੀ ਅੱਜ ਮੇਰੀ ਸਿਲੈਕਸ਼ਨ ਹੋ ਗਈ ਆ। ਅਤੇ ਉਹਨੇ ਮੈਨੂੰ ਅੱਜ ਦੇ ਮੈਚ ਬਾਰੇ ਵੀ ਦੱਸਿਆ ਸੀਗਾ, ਅਤੇ ਇਸ ਕਰਕੇ ਉਹ ਥੋੜ੍ਹਾ ਨਰਵਸ ਫੀਲ ਕਰਦਾ ਸੀਗਾ ਵੀ ਉਹ ਕਹਿੰਦਾ ਵੀ ਮੈਂ ਪਹਿਲੀ ਵਾਰ ਇੱਦਾਂ ਖੇਡਣਾ ਆ, ਵੀ ਮੈਨੂੰ ਖੁਸ਼ੀ ਵੀ ਬਹੁਤ ਜ਼ਿਆਦਾ ਆ ਅਤੇ ਇਸ ਕਰਕੇ ਮੈਂ ਨਰਵਸ ਵੀ ਬਹੁਤ ਜ਼ਿਆਦਾ ਹਾਂ। ਆਓ ਹੁਣ ਵਿਕਰਮਜੀਤ ਸਿੰਘ ਬਾਰੇ ਕੁਝ ਅਹਿਮ ਗੱਲਾਂ ਜਾਣ ਲੈਂਦੇ ਹਾਂ। ਵਿਕਰਮਜੀਤ ਸਿੰਘ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਵਿੱਚ ਹੋਇਆ। ਸਾਲ 1980 ਵਿੱਚ ਪੰਜਾਬ ਤੋਂ ਵਿਕਰਮਜੀਤ ਸਿੰਘ ਦੇ ਦਾਦਾ ਖੁਸ਼ੀ ਚੀਮਾ ਨੀਦਰਲੈਂਡਸ ਚਲੇ ਗਏ ਸਨ। ਉਸ ਵੇਲੇ ਵਿਕਰਮਜੀਤ ਸਿੰਘ ਦੇ ਪਿਤਾ ਹਰਪ੍ਰੀਤ ਸਿੰਘ ਸਿਰਫ 5 ਸਾਲ ਦੇ ਸਨ।
ਵਿਦੇਸ਼ ਜਾਣ ਤੋਂ ਬਾਅਦ ਵੀ ਵਿਕਰਮਜੀਤ ਸਿੰਘ ਦੇ ਪਰਿਵਾਰ ਦਾ ਪੰਜਾਬ ਨਾਲ ਨਾਤਾ ਜੁੜਿਆ ਰਿਹਾ। ਵਿਕਰਮਜੀਤ ਸਿੰਘ ਨੇ ਮੁੱਢਲੀ ਸਿੱਖਿਆ ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ। 2008 ਵਿੱਚ ਵਿਕਰਮਜੀਤ ਸਿੰਘ 5 ਸਾਲ ਦੀ ਉਮਰ ਵਿੱਚ ਨੀਦਰਲੈਂਡਸ ਚਲੇ ਗਏ ਸਨ। ਵਿਕਰਮਜੀਤ ਸਿੰਘ ਦੇ ਪਿਤਾ ਵੀ ਕ੍ਰਿਕਟ ਪ੍ਰੇਮੀ ਹਨ ਅਤੇ ਉਹਨਾਂ ਨੇ ਪੁੱਤਰ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ। ਵਿਕਰਮਜੀਤ ਸਿੰਘ ਨੇ 11 ਸਾਲ ਦੀ ਉਮਰ ਵਿੱਚ ਅੰਡਰ 12 ਕ੍ਰਿਕਟ ਟੂਰਨਾਮੈਂਟ ਖੇਡਣਾ ਸ਼ੁਰੂ ਕੀਤਾ ਸੀ।